कुछ गल्लां मैं बोलनियां चाहुंदा तुहाडे नाल सारिआं नाल। जिद्दां दा पंजाब दा माहौल तुसीं महसूस कर रहे हो ना, इदां दा है नहीं है। पुछो कदे जानकारां नूं बह के कि किन्ने मुंगे है, ये भी पुछो कि किन्ने रह गए। पुछो साड़ी मां बोली पंजाबी दा की हाल है। पुछो यूनिवर्सिटियां यूनिवर्सिटियां कॉलेजां स्कूलां दे विच इस भाषा नूं लैके अंदर खाते की चल रहा है। पुछो साड़ियां खुराकां नूं लैके साडे ते की थोपिया जा रहा है। असी मार खा गए पिछले 15-20 साल तो। जे कोई साडे सिवे पक्के करांदा सी ना, असी बहुत खुश होंदे सी। असी रिश्तेदारां नूं भी दसदे सी कि साडे तां यार तू शमशान घर जाके देख, इंटरलॉक पहले ही लगियां पईआं। ओ भाई ये तरक्कियां ने भरावा। असी उन्हां पुरानियां इमारतां नूं स्कूलां दीआं नूं रंग करा के फेसबुक ते लाइव होके दसन लग पे कि देखो यार साडे स्कूल किन्ने सोहणे। बाहरले मुल्कां च जांदे आ उन्हां दीआं सरकारां उत्थों दे जिहड़ा सेहत विभाग है उहनूं इक गल कहिंदे आ वी साडे बंदे बीमार नहीं होणे चाहीदे। इत्थे असीं मान नाल कहिंदे आ वी हस्पताल दा नीं पत्तर रख्या। असीं बीमार होण तों बाद भजदे आ, साडीआं सरकारां बीमार करके फिर इलाज करदीआं, उह वी जे करदे आ। ₹160 ਦੀ ਦਵਾਈ ਧਮੱਕੜ ਕੱਢੇ ਪਏ ਆ ਮੈਡੀਕਲ ਨੇ। ₹160 ਦੀ ਦਵਾਈ ਹੈ, ਲੱਖਾਂ ਲੱਗਦੇ ਆ। ਐਸੇ ਕਿੰਨੇ ਹੀ ਟੋਲ ਹੈ ਜਿਨ੍ਹਾਂ ਦੀ ਆਲਰੇਡੀ ਭਰਪਾਈ ਹੋਈ ਪਈ ਹੈ, ਪਰ ਅਸੀਂ ਨਹੀਂ ਨਹੀਂ ਪੁੱਛਦੇ ਯਾਰ ਬਾਬਾ, ਕਿਉਂਕਿ ਸਾਨੂੰ ਪਿੰਡ ਦੇ ਸਿਰਿਆਂ 'ਚ ਲੱਗੀਆਂ ਇੰਟਰਲੋਕ ਟਾਈਲਾਂ ਦੇਖਣ ਦਾ ਚਸਕਾ ਪੈ ਗਿਆ। ਯਾਰ ਲੱਗੀਆਂ ਪਈਆਂ ਉੱਥੇ, ਬਾਹਰ ਖੁੱਲ੍ਹ ਕੇ ਤਾੜੀ ਹੈ, ਸੱਚੀ ਹੈ ਬਾਈ। ਇਸੇ ਕਰਕੇ ਸਮਝ ਲਿਆ ਇਹਨਾਂ ਨੇ ਕਿ ਬੁੱਧੂ ਨੇ ਯਾਰ। ਅਸੀਂ ਪਿਛਲੇ 15-20 ਸਾਲਾਂ ਤੋਂ ਜਕਾਰਿਆਂ ਦੀ ਮਾਰੀਆਂ। ਕੋਈ ਆ ਕੇ ਚਾਰ ਕੁ ਜਕਾਰੇ ਲਾ ਦੇ ਬਸ ਬੋਲੇ ਸੋ ਨਿਹਾਲ, ਅਸੀਂ ਪਿੱਛੇ ਕਰਦੇ ਹਾਂ ਸਤਿ ਸ੍ਰੀ ਅਕਾਲ ਬਸ। ਸੋ ਬੇਨਤੀ ਆ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਔਰ ਮੇਰੀਆਂ ਭੈਣਾਂ ਨੂੰ ਕਿ ਜਿਨ੍ਹਾਂ ਨੇ ਪੰਜਾਬ ਸਾਂਭਣਾ, ਜਿਨ੍ਹਾਂ ਦੇ ਮੋਢਿਆਂ 'ਤੇ ਭਾਰ ਹੈ, ਵੇਖਿਓ ਖੁੰਝ ਨਾ ਜਾਇਓ। ਐਸੇ ਅਫਲਾ ਤੂਰ 'ਚ ਕਰਦੇ ਨਾ ਜੇ 5-7 ਸਾਲ ਬਾਈ ਜਿਹੜੇ ਪਿੱਛੇ ਬੈਠੇ ਹੋ, ਜੇ ਹਾਸਿਆਂ ਖੇਡਿਆਂ 'ਚ ਕੱਢਤੇ, ਇਕੱਲੇ ਵਿਆਹਾਂ 'ਚ ਕੱਢਤੇ, ਖਾਣਿਆਂ 'ਚ ਕੱਢਤੇ ਤਾਂ ਬਾਈ ਪਛਤਾਵਾਂਗੇ। ਮੈਂ ਜੇ ਪਰਸਨਲੀ ਪੰਜਾਬ ਦਾ ਗਵੱਈਆ ਹੋਣ ਦੇ ਨਾਂ 'ਤੇ ਕਹਿਣਾ ਹੋਵੇ ਨਾ, ਅਸੀਂ ਗੀਤ ਗਾਉਂਦੇ ਹਾਂ, ਗੀਤ ਦਾ ਇੱਕ ਆਖਰੀ ਪਹਿਰਾ ਹੁੰਦਾ ਹੈ, ਉਹਦੇ 'ਚ ਗੀਤਕਾਰ ਦਾ ਨਾਂ ਹੁੰਦਾ ਹੈ। ਉਹ ਪਹਿਰਾ ਗਾਉਣ ਤੋਂ ਬਾਅਦ ਗੀਤ ਮੁੱਕ ਜਾਂਦਾ ਹੈ। ਸੱਚ ਜਾਣਿਓ ਮੈਨੂੰ ਪੰਜਾਬ ਇਸ ਵੇਲੇ ਮੇਰੇ ਉਸ ਗੀਤ ਦੇ ਆਖਰੀ ਅੰਤਰੇ ਵਰਗਾ ਲੱਗੀ ਜਾਂਦਾ ਹੈ, ਕਿਤੇ ਮੁੱਕ ਨਾ ਜਾਵੇ। ਤਾਂ ਫਿਰ ਕਿਸੇ ਗੁਰਦੁਆਰਾ ਸਾਹਿਬ 'ਤੇ ਨਿਗਾਹ ਜਾਂਦੀ ਹੈ, ਆਓ ਸਾਹਮਣੇ ਕਿਸੇ ਗੁਰੂ ਦੇ ਦੁਆਰ 'ਤੇ, ਫਿਰ ਉਹ ਆਸ ਜੀ ਵੱਧ ਜਾਂਦੀ ਹੈ। ਯਾਰ ਨਹੀਂ ਕਮਰ ਸਿਆਂ, ਇਹ ਯਾਰ ਗੁਰੂਆਂ ਪੀਰਾਂ ਦੀ ਧਰਤੀ ਹੈ, ਇਹਨੂੰ ਨਹੀਂ ਇੱਦਾਂ ਹੋ ਸਕਦਾ। ਪਰ ਇਮਾਨ ਨਾਲ ਹੱਕ ਨਾਲ ਧਰਮ ਨਾਲ ਚੇਤੇ ਕਰਕੇ ਦੇਖੋ ਕਿ ਜੋ ਸਾਡੇ ਪੜਦਾਦਿਆਂ ਵੇਲੇ ਪੰਜਾਬ ਸੀ, ਜੋ ਨਿੱਗਰਤਾ ਸੀ, ਕਮੀਆਂ ਉਹਦੇ ਵੀ ਬਹੁਤ ਸੀ, ਕੀ ਅਸੀਂ ਉੱਥੇ ਖੜ੍ਹੇ ਹਾਂ? ਉਦੋਂ ਬੜਾ ਅਫਸੋਸ ਹੁੰਦਾ ਹੈ ਕਿ 400 ਰੁਪਇਆ ਦਿਹਾੜੀ ਕਰਨ ਵਾਲਾ ਬੰਦਾ ਔਰ ਉਹਦੇ ਘਰੋਂ ਮੇਰੀ ਭੈਣ ਹੈ, ਉਹਦੇ ਕੋਲ 20-25 ਹਜ਼ਾਰ ਦਾ ਫੋਨ ਹੈ। ਉਦੋਂ ਬੜਾ ਇੰਝ ਲੱਗਦਾ ਯਾਰ ਵੀ ਕੀ ਇਹ ਮੇਰੀ ਭੈਣ ਕਹਿ ਨਹੀਂ ਸਕਦੀ ਵੀ ਤੂੰ ਯਾਰ 8-10 ਘੰਟੇ ਕੰਮ ਕਰਕੇ ਮਰ ਮਰ ਕੇ ਕਮਾ ਕੇ ਲਿਆਉਣਾ 400 ਰੁਪਇਆ, ਵੀ ਮੇਰਾ 15-20 ਹਜ਼ਾਰ ਦੇ ਫੋਨ ਬਣਾ ਸਕਦਾ ਹੈ? ਮੈਨੂੰ ਕੋਈ ਐਡਾ ਕੁ ਫੋਨ ਲੈ ਦੇ ਜਿਹੜਾ ਕੋਈ 1000-1500 ਦਾ ਆ ਜਾਵੇ। ਇਹ ਇੱਕ ਉਦਾਹਰਨ ਹੈ ਸਾਡੇ ਹੋਸ਼ੇਪਣ ਦੀ, ਲੱਖਾਂ ਹੀ ਉਦਾਹਰਨਾਂ ਨੇ ਯਾਰ, ਲੱਖਾਂ ਹੀ ਉਦਾਹਰਨ। ਉਦੋਂ ਬੜਾ ਅਜੀਬ ਫੀਲ ਹੁੰਦਾ ਹੈ ਜਦੋਂ ਅਸੀਂ 50-70 ਲੱਖ ਵਿਆਹ 'ਤੇ ਲਾਉਣੇ ਹਾਂ,
ਉਦੋਂ ਬੜਾ ਲੱਗਦਾ ਵੀ ਯਾਰ ਵੀ ਸਰ ਸਕਦਾ ਸੀ ਇਹਦੇ ਨਾਲ। ਤਾਂ ਬਾਈ ਬਹੁਤ ਸਾਰੀਆਂ ਚੀਜ਼ਾਂ ਨੇ ਨੌਜਵਾਨ ਮੁੰਡਿਓ, ਇਹ ਅਖਾੜੇ ਲੱਗਦੇ ਰਹਿਣਗੇ, ਇਹ ਮੇਲੇ ਲੱਗਦੇ ਰਹਿਣਗੇ, ਇਹ ਕਬੱਡੀ ਕੱਪ ਹੁੰਦੇ ਰਹਿਣਗੇ, ਪਰ ਅੰਦਰੋਂ ਖੋਖਲੇ ਨਾ ਹੋ ਜਾਈਏ ਬਾਈ, ਕਿਤੇ ਕਿਤੇ ਕੱਲ੍ਹ ਨੂੰ ਕਬੱਡੀ ਪਵੇ ਹੀ ਨਾ। ਸੋ ਇਹ ਕਲਾਈਮੈਕਸ ਹੈ, ਇੱਥੇ ਹੁਣ ਕੁਛ ਵੀ ਵਾਪਰ ਸਕਦਾ। ਜੇ ਤੁਸੀਂ ਜਾਗਦੇ ਹੋ, ਜ਼ਮੀਰਾਂ ਵਾਲੇ ਹੋ, ਖੜ ਗਏ ਪੰਜਾਬ ਲਈ ਅਤੇ ਅੱਖਾਂ ਖੋਲ ਲਈਆਂ ਤਾਂ ਬਾਈ ਬਚ ਜਾਂਗੇ, ਅਤੇ ਨਹੀਂ ਤਾਂ ਫਿਰ ਸਾਡੇ ਅਖਾੜੇ ਵੀ ਬਾਹਰਲੇ ਮੁਲਕਾਂ 'ਚ ਆ, ਕਿਉਂਕਿ ਇਹ ਸੌਖੇ ਆ, ਉੱਥੇ ਉੱਥੇ ਰਹਿ ਜਾਣੇ ਅਖਾੜੇ। ਇੱਥੇ ਹੁਣ ਫਿਰ ਉਦੋਂ ਬੋਲੇਗਾ, ਹੁਣ ਫਿਰ ਉਦੋਂ ਬੋਲੇਗਾ ਉਹ ਜਦੋਂ ਆ ਧੌਣਾ ਤੇ ਚੜ ਗਏ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵਰਗੇ, ਨਸ਼ਿਆਂ ਤੇ ਲਾਗੇ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ, ਪਹਿਲਾਂ ਤੇਰੇ ਪੁੱਤ ਨਸ਼ਿਆਂ ਤੇ ਲਾਗੇ ਹੁਣ ਤੇਰੀ ਮਾਂ ਮਾਰਨ ਨੂੰ ਆ ਗਏ, ਧੀ ਤੇਰੀ ਘਰੋਂ ਨਿਕਲਣੋਂ ਡਰਦੀ ਇਹ ਤੁਰੀ ਜਾਂਦੀ ਤੇ ਤਜਾਬੀ ਛਿੱਟਾ ਪਾ ਗਏ, ਡਰਦੇ ਬਾਹਰ ਨੂੰ ਤੁਰ ਪਏ ਨੇ, ਬਾਹਰਲੇ ਮੁਲਕਾਂ ਨੂੰ ਤੁਰ ਪਏ ਨੇ, ਪੱਕੇ ਜਿੰਦਰੇ ਘਰਾਂ ਨੂੰ ਜੜ ਕੇ ਉਹ ਅੱਖਾਂ। ਅੱਜ ਕੱਲ੍ਹ ਦੇਖਦੇ ਹਾਂ ਨਾ, ਪਲੱਸ ਟੂ ਕਰੋ ਤੇ ਬਾਹਰ ਡਰ ਲੱਗਦਾ, ਕਿਉਂਕਿ ਇੱਥੇ ਕੋਈ ਸ਼ੌਂਕ ਨੂੰ ਨਹੀਂ ਚੱਲੇ ਹੋ, ਇੱਥੇ ਜਦੋਂ ਜਵਾਕ ਦਸਵੀਂ ਗਿਆਰਵੀਂ 'ਚ ਹੋ ਗਿਆ ਗੱਲਾਂ ਚੱਲ ਪੈਂਦੀਆਂ ਘਰੇ ਵੀ ਕਰ ਲਾ ਭਰਾਵਾ, ਉਦੋਂ ਭੈਣਾਂ ਵੀ ਸਾਡੀਆਂ ਕਹਿੰਦੀਆਂ ਵੀ ਲੈਣੇ ਦੁਆਰਾ ਕਰ ਲਾ 10-12 ਲੱਖ ਦਾ ਇੰਤਜ਼ਾਮ, ਇੱਥੋਂ ਨਹੀਂ ਇੱਥੇ ਰੱਖੇ ਜਾਣੇ, ਆਪਾਂ ਤਾਂ ਫਿਰ ਢੀਠ ਜਿਹਾ ਸੀ ਜਿਹੜਾ ਕੱਟ ਗਏ ਜਾਂ ਕੱਟ ਜਾਂਗੇ, ਇਹ ਨਵੇਂ ਜ਼ਮਾਨੇ ਦੀ ਪੀੜ੍ਹੀ ਆ, ਔਰ ਤੁਰ ਜਾਣੇ ਆ ਔਰ ਤੁਰੀ ਜਾਂਦੇ ਆ, ਡਰਦੇ ਬਾਹਰ ਨੂੰ ਤੁਰ ਪਏ ਨੇ, ਡਰਦੇ ਬਾਹਰ ਨੂੰ ਤੁਰ ਪਏ ਨੇ, ਉਹ ਪੱਕੇ ਜਿੰਦਰੇ ਘਰਾਂ ਨੂੰ ਜੜ ਕੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਕੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਕੇ, ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚ ਲੁਟੇਰੇ ਵੜ ਕੇ। ਹੁਣ ਬਹੁਤੀ ਦੇਰ ਦੀ ਗੱਲ ਨਾ ਰਹੇਗੀ, ਜਿਵੇਂ ਆਪਾਂ ਪਹਿਲਾਂ ਕਹਿ ਕੱਢਿਆ ਪੁੱਤ ਬਾਤ ਕਰਾਇਓ ਅੱਜ ਬੈਠੋ, ਹੁਣ ਬਹੁਤੀ ਦੇਰ ਦੀ ਗੱਲ ਨਾ ਰਹੇਗੀ, ਹੁਣ ਬਹੁਤੀ ਦੇਰ ਦੀ ਗੱਲ ਨਾ ਰਹੇਗੀ, ਪਿੰਡ ਤੇ ਪੀਂਘ ਕੁਲੈਣੀ ਪੈਗੀ, ਹੁਣ ਬਹੁਤੀ ਦੇਰ ਦੀ ਗੱਲ ਨਾ ਰਹੇਗੀ, ਪਿੰਡ ਤੇ ਪੀਂਘ ਕੁਲੈਣੀ ਪੈਗੀ, ਧੀਆਂ ਪੁੱਤ ਇਕੱਠੇ ਕਰ ਲੈ ਤੂੰ, ਧੀਆਂ ਪੁੱਤ ਇਕੱਠੇ ਕਰ ਲੈ ਤੂੰ, ਮੈਂ ਆਪਣੀ ਤੇ ਲੜ ਕੇ। ਕਲੇਸ਼ ਹੈ ਸਾਡੇ ਆਪਦੇ ਘਰੇ, ਇੱਕ ਤਾਂ ਸਰਕਾਰਾਂ ਦਾ ਯੋਗਦਾਨ ਹੈ, ਇੱਕ ਸਾਡਾ ਆਪਦਾ ਕਿ ਸਾਡੇ ਘਰੇ ਕਲੇਸ਼ ਹੈ ਬਾਈ। ਮਾਂ ਮੇਰੀ ਜੋ ਭੈਣੋ ਸਮਝੋ ਇਸ ਗੱਲ ਨੂੰ, ਸਾਡੇ ਘਰਾਂ 'ਚ ਕਲੇਸ਼ ਹੈ। ਜੇ ਸਾਰੇ ਪਿੰਡ ਦੀ ਬਣਦੀ ਹੋਵੇ ਨਾ, ਇੱਕ ਪਿੰਡ 'ਚ ਇੱਕ ਗੁਰਦੁਆਰਾ ਹੋਵੇ, ਜਿੱਥੇ ਗੁਰਦੁਆਰੇ 2 ਜਾਂ 3 ਹੈ ਨਾ, ਉੱਥੇ ਸਮਝ ਲਓ ਵੀ ਪਿੰਡ ਦੀ ਬਣਦੀ ਨਹੀਂ, ਇਹ ਧਰਾਂ 'ਚ ਆ ਪਿੰਡ, ਇੱਥੇ ਧੜੇ ਬਣੇ ਹੋਏ ਹੈ। ਸ਼ਰਮ ਦੀ ਗੱਲ ਹੈ, ਬਹੁਤ ਸ਼ਰਮ ਦੀ ਗੱਲ ਕਿ ਜੱਟਾਂ ਦਾ ਗੁਰਦੁਆਰਾ ਹੋਰ ਹੈ, ਮਜ਼੍ਹਬੀ ਸਿੱਖਾਂ ਦਾ ਹੋਰ ਹੈ, ਚਮਿਆਰ ਭਾਈਚਾਰੇ ਦਾ ਹੋਰ ਹੈ, ਅਤੇ ਇੱਕ ਹੋਰ ਹੈ ਜੀ ਬਾਪੂ, ਜੀ ਬਾਪੂ ਇੱਕੋ ਮਿੰਟ ਬਾਪੂ ਬੋਲ ਲੈਣ ਦੇ ਪਲੀਜ਼। ਤਾਂ ਇਹ ਸਾਡੀਆਂ ਨਲਾਇਕੀਆਂ ਨੇ, ਇਹ ਸਾਡੀਆਂ ਨਲਾਇਕੀਆਂ ਨੇ। ਹੁਣ ਬਹੁਤੀ ਦੇਰ ਦੀ ਗੱਲ ਨਾ ਰਹੇਗੀ, ਪਿੰਡ ਤੇ ਪੀਂਘ ਕੁਲੈਣੀ ਪੈਗੀ, ਧੀਆਂ ਪੁੱਤ ਇਕੱਠੇ ਕਰ ਲੈ ਤੂੰ, ਟੱਬਰ ਇਕੱਠਾ ਕਰ ਲੈ ਤੂੰ,
ਜਿਵੇਂ ਮੈਂ ਆਪਣੀ ਤੇ ਲੜ ਕੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚੁਲ ਤੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚੁਲ ਤੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚੁਲ ਤੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚੁਲ ਤੇਰੇ ਵਰਗੇ ਕਈ ਬਾਬੇ ਤੇਰੇ ਗੱਲਾਂ ਜੋਗੇ ਰਹਿ ਗਏ ਜਿਨ੍ਹਾਂ ਨੇ ਸਾਨੂੰ ਸਮਝਾਉਣਾ ਸੀ ਉਹਨਾਂ ਬਾਰੇ ਸ਼ਾਇਰ ਲਿਖਦਾ ਹੈ ਕਈ ਬਾਬੇ ਤੇਰੇ ਗੱਲਾਂ ਜੋਗੇ ਰਹਿ ਗਏ ਕਈ ਬਾਬੇ ਸਾਡੇ ਗੱਲਾਂ ਜੋਗੇ ਰਹਿ ਗਏ ਇਹ ਵੀ TRP ਪਿੱਛੇ ਪੈ ਗਏ ਜਿੰਨਾ ਸੱਤ ਦਾ ਸੰਗ ਸੀ ਕਰਨਾ ਉਹ ਜਾ ਕੇ ਚੈਨਲਾਂ ਉੱਤੇ ਬਹਿ ਗਏ ਪਾਣੀ ਪਿੱਛੇ ਰਹਿ ਚੱਲੀ ਪਾਣੀ ਪਿੱਛੇ ਰਹਿ ਚੱਲੀ ਇਹ ਪਹਿਲਾਂ ਆਪ ਗੁਰੂ ਬਣ ਖੜ ਗਏ ਅੱਖਾਂ ਖੋਲ ਪੰਜਾਬ ਸਿਆ ਇਦੂ ਵੱਧ ਕੀ ਬੋਲਦਿਆਂ ਇਦੂ ਵੱਧ ਬਾਈ ਕੀ ਬੋਲਦਿਆਂ ਔਰ ਕਿ ਬਾਣੀ ਪਿੱਛੇ ਰਹਿ ਚੱਲੀ ਬਾਬੇ ਦੀ ਪਿੱਛੇ ਰਹਿ ਚੱਲੀ ਇਹ ਪਹਿਲਾਂ ਆਪ ਗੁਰੂ ਬਣ ਖੜ ਗਏ ਅੱਖਾਂ ਖੋਲ ਪੰਜਾਬ ਸਿਆ ਉਹ ਤੇਰੇ ਘਰ ਚੁਲ ਤੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਉਹ ਤੇਰੇ ਘਰ ਚੁਲ ਤੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਉਹ ਤੇਰੇ ਘਰ ਚੁਲ ਤੇਰੇ ਵਰਗੇ ਅੱਖਾਂ ਖੋਲ ਪੰਜਾਬ ਸਿਆ ਉਹ ਅੱਖਾਂ ਖੋਲ ਪੰਜਾਬ ਸਿਆ ਉਹ ਤੇਰੇ ਘਰ ਚੁਲ ਤੇਰੇ ਵਰਗੇ ਸਜਣੋ ਆਈਡੀਆ।